مصروفی دیتی آ رہی ہے جس دا آن والے سمیت آپ جی دے نال سہیوگ صدقہ اگزام لیا جانا ہے وہ بک ساڈے کول پہنچ چکی ہے جان ملے ساری سنگت نوں بینتی ہے کہ وہ بک ضرور لے کے جان آپ بھی پڑھن اتے بچیاں نوں بھی پڑھاؤں تاں جو بچیاں بری پیاس نال جڑ سکن واحگو جی کا خالصہ واحگو جی کی فتح سوال دی سارے حسین بڑے پاک آلے ہیں تو ستگران دی
ਪਾਕ ਤੇ ਪਵਿੱਤਰ ਹਜੂਰ ਵਿੱਚ ਜੁੜ ਮਿਲ ਕੇ ਬੈਠ ਕੇ ਜਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਦਸਵੇਂ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਿੰਨਾਂ ਦਾ ਪ੍ਰਕਾਸ਼ ਦਿਹਾੜਾ ਬੜੀ ਭਾਵਨਾ ਸ਼ਰਧਾ ਦੇ ਨਾਲ ਮਨਾ ਰਹੇ ਹਾਂ। ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੀਆਂ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਨੇ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਤੀ ਮਹਾਂਕਵੀ ਭਾਈ ਸੰਤੋਖ ਜੀ ਨੇ ਕੁਝ ਵਾਰਤਾ ਲਿਖੀ ਹੈ, ਕਹਿੰਦੇ ਵੀ ਜੇਕਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਸੰਸਾਰ ਤੇ ਨਾ ਆਉਂਦੇ ਤੇ ਫਿਰ ਇਸ ਸੰਸਾਰ ਦਾ ਨਕਸ਼ਾ ਕੀ ਹੋਣਾ ਸੀ। ਜੋ 700 ਸਾਲ ਜਾਮ ਰਾਜ ਰਿਹਾ ਉਹਦੀਆਂ ਜੜ੍ਹਾਂ ਨੂੰ ਉਹ ਖੇਡਣ ਵਾਸਤੇ ਅਕਾਲ ਪੁਰਖ ਪਰਮਾਤਮਾ ਜਦੋਂ ਜਦੋਂ ਸੰਸਾਰ ਤੇ ਪਾਪ ਵੱਧਦਾ ਤਾਂ ਕੋਈ ਨਾ ਕੋਈ ਤਾਕਤ ਕੋਈ ਪਾਵਰ ਕੋਈ ਜੀਵ ਆਤਮਾ ਐਸੀ ਇਸ ਸੰਸਾਰ ਤੇ ਭੇਜਦੇ ਜੋ ਉਸ ਜ਼ੁਲਮ ਨੂੰ ਖਤਮ ਕਰਦੇ। ਪਰਮਾਤਮਾ ਨੇ ਇਸ ਸੰਸਾਰ ਤੇ ਭੇਜਿਆ ਮਹਾਂਕਵੀ ਭਾਈ ਸੰਤੋਖ ਸਿੰਘ, ਕਹਿੰਦੇ ਵੀ ਜੇ ਉਹ ਨਾ ਆਉਂਦੇ ਤੇ ਇਸ ਸੰਸਾਰ ਦਾ ਹਾਲਾਤ ਕੀ ਸੀ, ਜੇ ਸ਼ਾਇਦ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ ਹੋਵਦੀ ਕੁਚੀਰਤਾ ਕੁਤਿਬਨ ਪ੍ਰਾਣ ਕੀ, ਕਹਿੰਦੇ ਇੱਕੋ ਜਾਤ ਰਹਿਣੀ ਸੀ ਇਸ ਸੰਸਾਰ ਤੇ ਉਹ ਕੀ ਇਸਲਾਮ ਮੁਸਲਮਾਨ। ਉਹਨਾਂ ਨੇ ਜਿੰਨੇ ਮੰਦਰ ਠਾਕੁਰ ਦੁਆਰੇ ਧਰਮਸ਼ਾਲਾ ਤੋੜਨੀਆਂ ਸ਼ੁਰੂ ਕਰ ਦਿੱਤੀਆਂ ਵੀ ਕੇਵਲ ਇਸ ਸੰਸਾਰ ਤੇ ਜੇ ਝੰਡਾ ਝੂਲੇਗਾ ਤੇ ਹਰੇ ਰੰਗ ਦਾ ਹਰਾ ਹੈ ਹੀ ਝੂਲੇਗਾ, ਹੋਰ ਅਸੀਂ ਨਹੀਂ ਝੂਲਣ ਦੇਣਾ। ਹੁਣ ਇਹ ਵਾਰਤਾ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖੀ ਹੈ। ਸ਼ਾਇਦ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ ਹੋਵਦੀ ਕੁਚੀਰਤਾ ਕੁਤਿਬਨ ਕੁਰਾਨ ਕੀ, ਪਾਪ ਹੀ ਪ੍ਰਵਕ ਜਾਤੇ ਧਰਮ ਸਖ ਜਾਤੇ ਵਰਣ ਰੱਖ ਜਾਤੇ ਸਹਿਤ ਵਿਧਾਨ ਕੀ, ਦੇਵੀ ਦੇਵ ਦਿਹਰਾ ਸੰਤੋਖ ਸਿੰਘ ਦੂਰ ਹੋਤੇ, ਮੀਟ ਰੀਤ ਮਿਟ ਜਾਤੀ ਕਥਾ ਬੇਦਨ ਪ੍ਰਾਣ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਰਮ ਪਾਰਮ ਸੂਰ ਮੂਰਤ ਨਾ ਉੱਤੇ ਜੋਗਾ ਕਰਨਾ ਨਿਦਾਨ ਕੀ। ਜੇ ਉਹ ਕਰਨਾ ਨਿਦਾਨ ਦੀ ਮੂਰਤ ਇਸ ਸੰਸਾਰ ਤੇ ਨਾ ਆਉਂਦੀ ਤੇ ਅੱਜ ਨੂੰ ਕੋਈ ਜਾਤ ਕੋਈ ਮੰਦਿਰ ਕੋਈ ਠਾਕੁਰ ਦੁਆਰਾ ਕੋਈ ਧਰਮਸ਼ਾਲਾ ਇਸ ਸੰਸਾਰ ਤੇ ਨਹੀਂ ਸੀ ਹੋਣੀ। ਜੋ ਉਹਨਾਂ ਨੇ ਪਾਪ ਵਾਲੀ ਕੈਂਚੀ ਆਪਣੇ ਹੱਥ ਦੇ ਵਿੱਚ ਫੜੀ ਸੀਗੀ ਉਹ ਸਾਰੇ ਧਰਮਾਂ ਨੂੰ ਖਤਮ ਕਰੀ ਜਾਂਦੇ ਸਨ। ਤੇ ਉਸ ਅਕਾਲ ਪੁਰਖ ਪਰਮਾਤਮਾ ਨੇ ਜਿਹੜਾ ਅਸੀਂ ਸ਼ਬਦ ਸ਼ੁਰੂ ਕਰਨਾ ਸਾਰ ਹੈ, ਇਸ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਆਪਣੇ ਆਉਣ ਦਾ ਸਾਰਾ ਹਵਾਲਾ ਦਿੱਤਾ ਹੈ। ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜਿਹ ਵਿਦ ਮੁਹਿਆਨੋ, ਹੇਮ ਕੁੰਟ ਪਰਬਤ ਹੈ ਜਹਾਂ ਸਭ ਸ੍ਰਿੰਗ ਸ਼ੋਭਤ ਹੈ ਤਹਾਂ, ਸਭ ਸ੍ਰਿੰਗ ਦੇ ਨਾਮ ਖਾਵਾ ਪੰਡ ਰਾਜੇ ਜੋ ਕਮਾਵਾ, ਤੈਂ ਮਾਧਕ ਤਪੱਸਿਆ ਸਾਧੀ ਮਹਾਕਾਲ ਕਾਲ ਧਾਰਾ ਦੀ, ਇਹ ਵਿਦ ਕਰ ਤਪੱਸਿਆ ਪਇਓ ਦਵੈ ਤੇ ਏਕ ਰੂਪ ਵੈ ਗਇਓ, ਤਾਤ ਮਾਤ ਮੁਰ ਅਲੱਖ ਰਾਧਾ। ਸਤਿਗੁਰੂ ਕਹਿੰਦੇ ਨੇ ਮੇਰੇ ਆਉਣ ਵਾਸਤੇ ਮੇਰੇ ਮਾਤਾ ਪਿਤਾ ਜੀ ਨੇ ਬਹੁਤ ਤਪੱਸਿਆ ਕੀਤੀ, ਤਾਤ ਮਾਤ ਮੁਰ ਅਲੱਖ ਰਾਧਾ। ਜੇ ਅਸੀਂ ਵੇਖੀਏ ਤੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ 26 ਸਾਲ 9 ਮਹੀਨੇ 13 ਦਿਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਉੱਥੇ ਜਾਪ ਕੀਤਾ ਹੈ, ਨਾਲੇ ਅਲੱਗ ਅਲੱਗ ਭਰਮਣ ਕਰਦੇ ਰਹੇ ਨੇ, ਨਾਲੇ ਉਹਨਾਂ ਨੇ ਰਾਤ ਉੱਥੇ ਜਾਪ ਕੀਤਾ ਹੈ 26 ਸਾਲ 9 ਮਹੀਨੇ 13 ਦਿਨ। ਅੱਜ ਸਾਡਾ ਇਤਿਹਾਸ ਦੱਸਦਾ ਉੱਥੇ ਲਿਖਿਆ ਹੈ। ਐਡੀ ਮਹਾਨ ਪਾਵਰ ਇਸ ਸੰਸਾਰ ਤੇ ਆਉਣੀ ਆ ਤੇ ਉਹਨੂੰ ਜਨਮ ਦੇਣ ਵਾਸਤੇ ਬੜੀ ਪਾਕ ਪਵਿੱਤਰ ਭੁੱਖ ਚਾਹੀਦੀ ਆ। ਹੁਣ ਮਾਤਾ ਗੁਜਰ ਕੌਰ ਜੀ ਨੇ ਵੀ ਕਿੰਨੀ ਤਪੱਸਿਆ ਕੀਤੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੀ ਮੁਬਾਰਕ ਰਸਨਾ ਤੋਂ ਆਪ ਦੱਸਦੇ ਪਏ ਨੇ ਕਿ ਮੇਰੇ ਮਾਤਾ ਪਿਤਾ ਜੀ ਨੇ ਬਹੁਤ ਤਪੱਸਿਆ ਕੀਤੀ। ਤਾਤ ਮਾਤ ਗੁਰ ਅਲੱਖ ਅਰਾਧਾ, ਉਸ ਅਲੱਖ ਦੀ ਨਾਂ ਰੱਖੇ ਜਾਣ ਵਾਲੇ ਮਾਲਕ ਦੀ ਅਰਾਧਨਾ ਕੀਤੀ। ਬਹੁਤ ਯੋਗ ਸਾਧਨਾ ਸਾਧਾ, ਇਹ ਵਿਦ ਕਰ ਤਪੱਸਿਆ ਪਇਓ ਦਵੈ ਤੇ ਏਕ ਰੂਪ ਹੈ ਗਇਓ, ਚਿਤਨਾ ਪਇਓ ਅਮਰੋ ਆਵਨ ਕੈ ਚੁਭੀ ਰਹੀ ਸੁਰਤ ਪ੍ਰਭ ਚਰਨ ਮੈਂ। ਇਹ ਸ਼ਬਦ ਦਾ ਕੀਰਤਨ ਦੀ ਆਰੰਭਤਾ ਸਾਡੇ ਨਾਲ ਕਰਕੇ ਕਰੀਏ। 10 ਵਜੇ ਤੱਕ ਹੁਕਮ ਹੋਇਆ, ਬੜੇ ਪਿਆਰ ਦੇ ਨਾਲ ਬਣ ਬਿਥੀਆਂ ਕਾਗਰਤਾ ਦੇ ਵਿੱਚ ਗਿਆ, ਜੁੜੇ ਰਹਿਣਾ ਸਾਰਿਆਂ ਨੇ, ਨਾਲ ਜਾਪ ਵੀ ਕਰ ਜੇ ਪਾਣੀ ਯਾਦ ਹੈ, ਨਾਲ ਬਣ ਪੜ੍ਹਨੀ ਜ਼ਰੂਰ ਹੈ। ਸਰੀਰ ਕਰਕੇ ਬੈਠੇ ਹਾਂ, ਤਨ ਕਰਕੇ ਮਨ ਕਰਕੇ ਬੈਠੇ ਹਾਂ, ਰਸਨਾ ਵੀ ਪਵਿੱਤਰ ਕਰੀ ਜਾਣੀ ਹੈ, ਸਿਮਰਨ ਵੀ ਕਰਾਂਗੇ ਵਿੱਚ। ਸਿਮਰਨ ਨੇ ਸਾਡਾ ਬਾਹਰ ਉਤਾਰਾ ਕਰਨਾ, ਸਿਮਰਨ ਸਾਡੇ ਜੀਵਨ ਦਾ ਉਧਾਰ ਹੈ, ਸਿਮਰਨ ਨੇ ਸਾਡੇ ਨਾਲ ਜਾਣਾ। ਜੇ ਮਹਾਂ ਭਿਆਨ ਦੂਤ ਜਮ ਦਲੈ ਤਾਂ ਕੇਵਲ ਨਾਮ ਸੰਗ ਤੇਰੇ ਚੱਲੇ, ਜਾਣਾ ਵੀ ਕੇਵਲ ਨਾਮ ਨੇ ਨਾਲ ਆ, ਉਹ ਆ ਸਿਮਰਨ ਵਾਹਿਗੁਰੂ ਦਾ। ਰਲ ਮਿਲ ਕੇ ਸਾਰਿਆਂ ਨੇ
10 ਵਜੇ ਤੱਕ ਉਸ ਮਾਲਕ ਦੇ ਗੁਣ ਗਾਇਨ ਕਰਨੇ ਬੜੇ ਪਿਆਰ ਦੇ ਨਾਲ ਸ਼ੁਰੂ ਕਰੀਏ ਅਬ ਮੈਂ ਆਪਣੀ ਕਥਾ ਬਖਾਨਾ ਆਪ ਮੈਂ ਸਾਧ ਜੇ ਵਿਦ ਮੋਹਿਆ
Thank you.
Yeah.
Thank you.
Thank you.
ਗੱਲ ਇਸ ਦਿਨਾਂ ਦੇ ਬੜੇ ਪਿਆਰੇ ਬੋਲੇ ਕਹਿੰਦੇ ਨਾ ਕਹੂੰ ਆਪ ਕੀ ਨਾ ਆਪਾਂ ਤਬ ਕੀ ਜਾ ਅਗਰ ਨਾ ਉੱਤੇ ਗੁਰੂ ਗੋਬਿੰਦ ਸਿੰਘ ਤਾਂ ਸੁਣ ਧੋਤੀ ਜੋ ਕਰਨਾ ਇਸ ਸੰਸਾਰ ਤੇ ਆਉਂਦੇ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਹੋ ਓਨੀ ਥੋੜੀ ਹੈ ਕਿ ਉਹਨਾਂ ਦਾ ਇਸ ਸੰਸਾਰ ਤੇ ਆਉਣਾ ਮਗਰ ਵੇਖੋ ਤਾਂ ਨਹੀਂ ਕੋਈ ਜਿਹਨਾਂ ਨੇ ਸਭ ਕੁਝ ਆਪਣਾ ਆਪ ਲੁਟਾ ਦਿੱਤਾ ਕਿਹਦੇ ਹੱਥ ਤੇ ਇਸ ਖਾਸ ਉਹਨਾਂ ਹੱਥ ਕਰਕੇ ਗਿਆ ਸੀ ਕਹਿੰਦੇ ਸਾਡਾ ਗਿਆ ਬਹੁਤ ਥੋੜ੍ਹਾ ਗਏ ਸਾਡੇ ਚਾਰ ਨੇ ਪਰ ਸਾਡਾ ਬਚ ਬਹੁਤ ਕੁਝ ਗਿਆ ਗਏ ਚਾਰ ਨੇ ਸਾਡੇ ਹਜ਼ਾਰ ਲੱਖਾਂ ਬਚ ਗਏ ਨੇ ਤੇ ਉਹ ਸਾਨੂੰ ਆਪਣੇ ਪੁੱਤਰ ਧੀਆਂ ਬਣਾ ਕੇ ਗਏ ਗੁਰਪੁਰਬ ਮਨਾਉਣੇ ਤਾਂ ਲਾਹੇਵੰਦ ਆ ਵੀ ਜੇ ਉਹਨਾਂ ਦੇ ਨਕਸ਼ੇ ਕਦਮ ਤੇ ਉਹਨਾਂ ਦੇ ਪਾਏ ਹੋਏ ਪੂਰਨੇ ਆ ਤੇ ਅਸੀਂ ਚੱਲੇ ਹੀ ਚੱਲੀਏ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਨੂੰ ਦੱਸਦੇ ਨੇ ਕਿ ਪਹਿਲੀ ਖਾਲਸੇ ਦੀ ਮਰਿਆਦਾ ਰਹਿਤ ਕੀ ਆ ਗੁਰਸਿੱਖ ਨੇ ਕੀ ਕਰਨਾ ਉਹ ਆਪਣੀ ਬਾਣੀ ਅੰਦਰ ਆਪ ਹੀ ਸਾਨੂੰ ਸਮਝਾਉਣਾ ਕਰਦੇ ਨੇ ਅੰਮ੍ਰਿਤ ਬੋਲੇ ਪ੍ਰਥਮ ਰਹਿਤ ਜਿਹ ਜਾਨ ਖੰਡੇ ਕੀ ਪੌਸ਼ ਵੀ ਗੁਰਸਿੱਖ ਤੇਰੀ ਸਭ ਤੋਂ ਪਹਿਲੀ ਪ੍ਰਥਮ ਮਰਿਆਦਾ ਤੇਰਾ ਮੂਲ ਸਿਧਾਂਤ ਹੈ ਗੁਰੂ ਵਾਲਾ ਬਾਣਾ ਪਹਿਲੋਂ ਖੰਡੇ ਬਾਟੇ ਦੀ ਪੌਸ਼ ਬਾਕੀ ਸਭ ਕੁਝ ਤੇਰਾ ਬਾਦ ਹੈ ਪਹਿਲਾਂ ਤੇਰੀ ਐਡਮਿਸ਼ਨ ਹੋ ਗਈ ਪਹਿਲਾਂ ਤੇਰਾ ਦਾਖਲਾ ਹੋ ਜਾਵੇ ਖਾਲਸੇ ਦੇ ਘਰ ਵਿੱਚ ਪ੍ਰਥਮ ਰਹਿਤ ਜਿਹ ਜਾਨ ਖੰਡੇ ਕੀ ਪੌਲ ਛਕੈ ਸੋਈ ਸਿੰਘ ਪ੍ਰਧਾਨ ਅਵਰ ਨਾ ਪੌਲ ਜੋਰ ਹੈ ਅਵਰ ਤੋਂ ਪਾਵਿਆ ਦਨਿਆਵੀ ਕੋਈ ਪੌਲਾਂ ਲੈਣੀਆਂ ਉਹਨਾਂ ਨੂੰ ਛੱਡ ਕੇ ਕਈ ਵੇਲੇ ਖੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਵਾਲੇ ਬਹੁਤ ਜ਼ਰੂਰੀ ਬਣਨਾ ਇਹ ਸਾਨੂੰ ਸਤਿਗੁਰੂ ਉਪਦੇਸ਼ ਦੇ ਕੇ ਗਏ ਨੇ ਕਲਗੀਧਰ ਦੇ ਪੁੱਤਰ ਧੀਓ ਅੰਮ੍ਰਿਤ ਧਾਰੀ ਹੋ ਕੇ ਜੀਓ ਅੰਮ੍ਰਿਤ ਧਾਰੀ ਹੋਈਏ ਗੁਰੂ ਵਾਲੇ ਬਣੀਏ ਫਿਰ ਗੁਰੂ ਦੇ ਕੋਲੋਂ ਕੋਈ ਐਸੀ ਦਾਤ ਨੇ ਜਿਹੜੀ ਸਾਨੂੰ ਨਹੀਂ ਨਸੀਬ ਹੋਏਗੀ ਵੱਡੇ ਘਰ ਚਾਹੀਦੇ ਨੇ ਸਤਿਗੁਰੂ ਨਾ ਨਹੀਂ ਕਰਦੇ ਦੇ ਦਿੰਦੇ ਨੇ ਧੀ ਦੀ ਦਾਤ ਚਾਹੀਦੀ ਆ ਪੁੱਤਰ ਦੀ ਦਾਤ ਚਾਹੀਦੀ ਜਿਹੜੀ ਪੈਸੇ ਨਾਲ ਨਹੀਂ ਸਾਨੂੰ ਮਿਲਦੀ ਕਿੰਨਾ ਪੈਸਾ ਕਿਸੇ ਕੋਲ ਹੋਵੇ ਅੱਜ ਇਹਨਾਂ ਦੇ ਕੋਲ ਪੁੱਤਰ ਦੀ ਦਾਤ ਨੇ ਨਾ ਜਾਂ ਧੀ ਦੀ ਦਾਤ ਨੇ ਉਹਨਾਂ ਨੂੰ ਪੁੱਛ ਕੇ ਵੇਖੋ ਕਿੰਨੇ ਤਰਲੇ ਦਿੰਦੇ ਕਿੰਨੇ ਪਖੰਡੀਆਂ ਦੇ ਡੇਰਿਆਂ ਤੇ ਫਿਰ ਜਾਂਦੇ ਵੀ ਕੋਈ ਪਾ ਕਰੀਏ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਦਾਤ ਸਾਨੂੰ ਮਿਲ ਜਾਵੇ ਤੇ ਜੇ ਸਾਨੂੰ ਭੋਲੇ ਭਾਈ ਮਾਲਕ ਨੇ ਇਹ ਭਾਗ ਲਾਏ ਨੇ ਬਿਨਾਂ ਮੰਗੇ ਧੀ ਦੀ ਦਾਤ ਦਿੱਤੀ ਹੈ ਪੁੱਤਰ ਦੀ ਦਾਤ ਦਿੱਤੀ ਹੈ ਤੇ ਫਿਰ ਉਹਦਾ ਦਿਨ ਰਾਤ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਇਹ ਅਮੋਲਕ ਦਾਤਾਂ ਨੇ ਪੈਸੇ ਨਾਲ ਨਹੀਂ ਜੇ ਮਿਲਦੀ ਕਿੰਨਾ ਪੈਸਾ ਘਰ ਵਿੱਚ ਹੋਏ ਜੇ ਇਹ ਦਾਤਾਂ ਘਰ ਵਿੱਚ ਨਹੀਂ ਤੇ ਸਾਰਾ ਪਰਿਵਾਰ ਬੈਠ ਕੇ ਝੂਟਦਾ ਕਿ ਪਤਾ ਨਹੀਂ ਸਾਡੇ ਕੋਲ ਕੀ ਗੁਨਾਹ ਹੋ ਗਿਆ ਕੀ ਪਾਪ ਹੋ ਗਿਆ ਮਾਲਕ ਨੇ ਸਾਨੂੰ ਇਹ ਭਾਗ ਕਿਉਂ ਨਹੀਂ ਲਾਏ ਤੇ ਜੇ ਮਾਲਕ ਨੇ ਇਹ ਭਾਗ ਲਾਏ ਨੇ ਇਹ ਦਾਤਾਂ ਦਿੱਤੀਆਂ ਨੇ ਤੇ ਫਿਰ ਦਿਨ ਰਾਤ ਉਹਦਾ ਸ਼ੁਕਰਾਨਾ ਕਰੀਏ ਇੱਕ ਸਭ ਤੋਂ ਜ਼ਰੂਰੀ ਹੈ ਕਿ ਗੁਰੂ ਦੇ ਦਰਸ਼ਨ ਬੜੇ ਜ਼ਰੂਰੀ ਨੇ ਗੁਰੂ ਦੇ ਅਸੀਂ ਛੱਡਦੇ ਨੇ ਅਸੀਂ ਕਰਦੇ ਨਹੀਂ ਜੇ ਅਸੀਂ ਗੁਰੂ ਦੇ ਦਰਸ਼ਨ ਪਿਆਰ ਦੇ ਨਾਲ ਕਰ ਲਈਏ ਭਾਵੇਂ ਬਾਣੀ ਨਹੀਂ ਪੜ੍ਹਨੀ ਆਉਂਦੀ ਤੇ ਜਨਮਾਂ ਜਨਮਾਤਰਾਂ ਦੇ ਦੁੱਖ ਦੂਰ ਹੋ ਜਾਂਦੇ ਨੇ ਜਿੱਦਣ ਇਹਨੂੰ ਜਾਗਤ ਜੋਤ ਸਮਝ ਲਿਆ ਵੀ ਜਾਗਤ ਜੋਤ ਹੈ ਇਹ ਸਰਬ ਕਲਾ ਸਮਰੱਥ ਆ ਜੇ ਇੱਥੋਂ ਪੂਰੀ ਨਹੀਂ ਪਈ ਤੇ ਫਿਰ ਹੋਰ ਕਿਤਿਓਂ ਵੀ ਨਹੀਂ ਪੈਣੀ ਇਹ ਸਰਬ ਸ਼ਕਤੀਵਾਨ ਗੁਰੂ ਆ ਇਹ ਮੈਂ ਜਦੋਂ ਘਰੋਂ ਚੱਲਿਆ ਮੈਨੂੰ ਦੇਖਦਾ ਪਿਆ ਅੰਦਰ ਕੀ ਚੱਲਦਾ ਇੱਥੇ ਸੰਗਤ ਵਿੱਚ ਬੈਠਿਆ ਉਹ ਮੈਨੂੰ ਦੇਖਦਾ ਵਾ ਅੱਗੋਂ ਦੇਖਿਆ ਪਿੱਛੋਂ ਦੇਖਿਆ ਤੁਸੀਂ ਕਹਾ ਅਸੀਂ ਛੁਪਾ ਨਹੀਂ ਸਕਦੇ ਉਹਦੇ ਗੁਰੂ ਕੋਲ ਜੇ ਉਹਨੂੰ ਸਮਰੱਥ ਮੰਨਦੇ ਹਾਂ ਜੇ ਉਹਨੂੰ ਕਹਿੰਦੇ ਵੀ ਪ੍ਰਗਟ ਕਰਾਂ ਕਿ ਦੇਹ ਹੈ ਸਮਰੱਥ ਹੈ ਸਰਵ ਸ਼ਕਤੀਵਾਨ ਆ ਫਿਰ ਉਹਦੇ ਕੋਲੋਂ ਛੁਪਾ ਕੋ ਨਹੀਂ ਸਕਦੇ ਉਹ ਇੱਥੇ ਬੈਠਿਆਂ ਦੇਖਦਾ ਪਿਆ ਵਾ ਵੀ ਅੰਦਰ ਕੀ ਭਾਵਨਾ ਲੈ ਕੇ ਅਸੀਂ ਸਾਰੇ ਬੈਠੇ ਜਿੱਦਣ ਉਹਨੂੰ ਸਮਰਪਣ ਹੋ ਗਏ ਉਦਣ ਇੱਕ ਕਾਰਜ ਨੇ ਲੋਕ ਉੱਪਰ ਲੋਕ ਵਾਲੇ ਕਾਰ ਸਵਾਰੇ ਜਾਣੇ ਨੇ ਜਿੱਦਣ ਭਾਵਨਾ ਬਣ ਗਈ ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਵੇਚਣ ਤੋਂ ਭਾਵ ਹੈ ਕਿ ਆਪਣਾ ਆਪ ਗੁਰੂ ਨੂੰ ਸਮਰਪਣ ਕਰਨਾ ਇਹ ਮਤ ਗੁਰੂ ਨੂੰ ਸਮਰਪਣ ਕਰਦੇ ਨੀ ਗੁਰੂ ਦੇ ਮਤ ਨੂੰ ਅਸੀਂ ਮਰਿਆ ਕਰਨਾ ਤੇ ਸਾਰੀਆਂ ਦਾਤਾਂ ਸਾਨੂੰ ਮਾਲਕ ਨੇ ਦੇ ਦੇਣੀਆਂ ਨੇ ਇੱਕ ਗੁਰੂ ਦੇ ਦਰਸ਼ਨ ਕਰ ਲਿਆ ਕਰੀਏ ਸਵੇਰੇ ਬੱਚਿਆਂ ਸਕੂਲੇ ਜਾਣਾ ਨਹੀਂ ਸਮਾਂ ਲੱਗਾ ਤੇ ਸੰਧਿਆ ਸਮੇਂ ਗੁਰੂ ਦੇ ਦਰਸ਼ਨ ਜ਼ਰੂਰ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ
دور ہو جاندی ہیں سرگرو دکھ دور کر دیندے نے پٹ صاحب انہوں نے بڑی بلند آواز وچ سانوں سمجھاونا کیتا ہے ہمیں درشت شبھ کرے ہرے پاپ سکل ملکام کرو در رو موس کرے سب بل سدا سکھ من وسے روشن سارا ہوئے گور نام ند دریاؤ جنم ہم کالک دھوئے سکھ ٹل گر سیوی این سہ سپائے درشن کرسی گرو کا جنم مرن جنما جنم ماترا دے دکھ اتر جاندے نے پاویں نئی باڑی پڑھنی ہوندی اے نہیں سوچنا کہ میں روالیا درشن کرتے ہیں نہیں یہ جاگت چوت جدن یہ بھاونا دے نال گرو دے درشن کر لے جے دنیاوی ڈاکٹراں نے سانوں جواب دیتا اے مالک وڈا ڈاکٹر دین دنیا دا بادشاہ ہے ایدے کول آ جائیے سارے دکھ ساڈے دور ہو جانے ساری چنتا جھورے پرب کے سمرن قابو ہونا جھورے کہ ہر بندہ کلا بیٹھا گھر جھوری جاندا سدگور کہندے نے سمرن کرنا شروع کر دے اے تیرا سارا کچھ دور ہو جانا پرب کے سمرن قابو ہونا جھورے تے گھر وچ جدوں کہندے نے وپت داہا جہا سمرن آہے جتھے وپتا کھڑیاں ہوندیاں مان لو اوتھے سمرن بھگتی ہے نہیں ہوندی بڑے پیار نال دو چار منٹ وچ ہی اے شبد سارے پڑھی سما اوتے چل گیا 10 منٹ بڑے پیار دے نال
ਗੁਰਬਾਣੀ ਅਨਸਾਸ ਮੰਤਰ ਹੈ ਕੀਰਤਨ ਕਰਦੇ ਆ ਇੱਕ ਨਹੀਂ ਨੇ ਕਾਂ ਪ੍ਰਕਾਰ ਦੀਆਂ ਪੁਲਾਂ ਹੋ ਜਾਂਦੀਆਂ ਨੇ ਸਾਧ ਸੰਗਤ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਖਸ਼ਣ ਯੋਗ ਹਨ ਸਾਧ ਸੰਗਤ ਦਾ ਸਮੂਹ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹਨਾਂ ਨੇ ਸੰਗਤਾਂ ਦੇ ਦਰਸ਼ਨ ਕਰਾਏ ਨੇ ਜੋ ਕਰਮ ਮੁਖ ਸਿਮਰਦਾਰ ਭੈਣ ਜੀ ਤਿੰਨਾਂ ਦਾ ਤਹਿ ਦਿਲੋਂ ਧੰਨਵਾਦ ਆ ਸਿੰਘ ਸਾਹਿਬ ਕਹਿੰਦੇ ਰਣਜੀਤ ਸਿੰਘ ਜੀ ਤਿੰਨਾਂ ਦੇ ਭੈਣ ਜੀ ਉਹਨਾਂ ਦੇ ਦਰਸ਼ਨ ਹੋਏ ਨੇ ਸਤਿਗੁਰ ਕਿਰਪਾ ਕਰਨ ਆਪਣੀਆਂ ਸਾਰੀਆਂ ਪਿਆਰੀਆਂ ਸੰਗਤਾਂ ਨੂੰ ਆਪਣੇ ਚਰਨਾਂ ਦਾ ਪਿਆਰ ਸਤਿਕਾਰ ਸਤਿਗੁਰ ਬਖਸ਼ਿਸ਼ ਕਰਦੇ ਰਹਿਣ ਜਥੇ ਨੂੰ ਸਤਿਗੁਰਾਂ ਦੇ ਚਰਨਾਂ ਅੰਦਰ ਵੀ ਸਤਿਗੁਰ ਕਿਰਪਾ ਕਰਿਓ ਸਾਰੀ ਸੰਗਤ ਦੇ ਸਿਰ ਤੇ ਗੁਰਾਂ ਬਰਾਤਰ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਬੱਚੇ ਗਏ ਨੇ ਸਤਿਗੁਰ ਕਿਰਪਾ ਕਰਨ ਸਦਾ ਚੜ੍ਹਦੀਆਂ ਤਰ੍ਹਾਂ ਖੁਸ਼ੀਆਂ ਤੇ ਖੇਡ ਸਤਿਗੁਰੂ ਬਖਸ਼ਿਸ਼ ਕਰਦੇ ਰਹਿਣ ਉਹਨਾਂ ਭੁੱਲਾਂ ਦੀ ਖਿਮਾ ਲਵਾਈਏ ਹਾਜ਼ਰੀ ਬੁਲਾਈਏ ਫਤਿਹ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕ ਹੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨੋ ਨਿੰਦ ਆਵੇ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸ਼ਾਹ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰ ਕੇ ਬੋਲੋ ਜੀ ਪੰਜਾ ਪਿਆਰਿਆਂ ਚੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ ਤੇਰਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰਿਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ
ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਚਰਨਾਂ ਪਾਸ ਅਰਦਾਸ ਬੇਨਤੀ ਹੈ ਵਹਿ ਪ੍ਰਗਟਿਓ ਮਰਦ ਕੰਬੜਾ ਵਰਿਆ ਮਰਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸਾਹਿਬ ਕਮਾਲ ਦੁਸ਼ਟ ਦਮਨ ਸਰਬੰਸ ਦਾ ਨਿਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਆਪ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਦੀਵਾਨ ਦੇ ਵਿੱਚ ਸਤਿਗੁਰੂ ਇਲਾਹੀ ਬਾਣੀ ਦੇ ਮਨੋਹਰ ਕੀਰਤਨ ਗੁਰਮਤ ਕਥਾ ਵਿਚਾਰ ਅਨੰਦ ਸਾਹਿਬ ਬਾਣੀ ਦੇ ਕੀਰਤਨ ਦੀ ਅਰਦਾਸ ਸਮੁੱਚੇ ਦੀਵਾਨ ਦੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਸੁਣਦਿਆਂ ਵਿਚਾਰਾਂ ਕਰਦਿਆਂ ਹੋ ਗਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਸਤਿਗੁਰੂ ਆਪ ਕਿਰਪਾ ਕਰਨੀ ਆਪਣੇ ਅਣਜਾਣ ਬੱਚੇ ਜਾਣ ਕੇ ਮੁਆਫ ਕਰਨਾ ਸ਼ੁੱਧ ਹਿਰਦੇ ਨਾਲ ਬਾਣੀ ਪੜ੍ਹਨ ਸੁਣਨ ਦਾ ਮਨ ਬਖਸ਼ਣਾ ਬਾਣੀ ਦਾ ਭਾਉ ਦਰ ਪਾਈ ਸਰਬਤ ਸਾਧ ਸੰਗਤ ਦੇ ਹਿਰਦੇ ਵਿੱਚ ਸੌਣ ਸਰਬਤ ਸਾਧ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਕਦਮ ਕਦਮ ਲੈ ਕੇ ਚਲਾਉਣਾ ਤਿਲ ਫੁੱਲ ਭੇਟਾ ਮੰਦਰ ਤੇ ਪ੍ਰਵਾਨ ਕਰਨੀ ਮਿਹਰ ਕਰਨੀ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਬਖਸ਼ੇ ਖਜ਼ਾਨਿਆਂ ਵਿੱਚੋਂ ਸਰਬਤ ਸੰਗਤਾਂ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਦੇ ਰਸਨੀ ਲਾਇਕ ਹੋਵੇ ਆਪ ਜੀ ਇਸ ਵਕਤ ਕਰੋ ਕਿਰਪਾ ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ੋ ਸਿੱਖਿਆ ਮੁਤਾਬਕ ਜੀਵਨ ਜਿਉਣ ਦਾ ਬਲ ਬਖਸ਼ਣਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਦੇ ਪਾਏ ਪੂਰਨੇ ਸਿੱਖਿਆ ਦੇ ਮੁਤਾਬਕ ਜੀਵਨ ਜਿਉਣ ਦਾ ਬਲ ਬਖਸ਼ ਕੇ ਮਹਾਰਾਜ ਜੀਓ ਆਪ ਆਪਣੀਆਂ ਸੰਗਤਾਂ ਨੂੰ ਇਸੇ ਤਰੀਕੇ ਨਾਲ ਚਰਣਾਂ ਦੇ ਨਾਲ ਜੋੜ ਕੇ ਰੱਖਣਾ ਗਰੀਬ ਨਿਵਾਸ ਸਤਿਗੁਰੂ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਿਆ ਭਈਓ ਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਣਗੇ ਠੀਕਰ ਫੋਰ ਦਲੀ ਸਸਰ ਤੇਗ ਬਹਾਦਰ ਸੀ ਕਿਰਿਆ ਤੇਗ ਬਹਾਦਰ ਕੇ ਚਲਤ ਹੈ 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 ਸਭ ਜਗ ਪਇਓ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੀ ਬਖਸ਼ਿਸ਼ਾਂ ਦੇ ਸਦਕਾ ਅੱਜ ਦੇ ਪਹਿਲੇ ਦਿਨ ਦੇ ਜੋ ਸਮਾਗਮ ਹਨ ਸਤਿਗੁਰੂ ਜੀ ਦੀ ਕਿਰਪਾ ਸਦਕਾ ਨਿਰਵਿਘਨ ਦਾ ਸਹਿਜ ਸੰਪੂਰਨ ਹੋਏ ਹਨ ਹੁਣ ਪਵਿੱਤਰ ਕੜਾਹ ਪ੍ਰਸ਼ਾਦੀ ਦੇਗ ਵਰਤਾਈ ਜਾਏਗੀ ਉਪਰੰਤ ਗੁਰੂ ਕੇ ਲੰਗਰ ਹਾਲ ਵਿੱਚ ਤਿਆਰ ਹਨ ਸਭਨਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਇਸ ਦੇ ਨਾਲ ਹੀ ਕੋਟਾਨ ਕੋਟ ਧੰਨਵਾਦ ਸਤ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿਨ੍ਹਾਂ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਮਿੱਠੀ ਆਵਾਜ਼ ਦੇ ਨਾਲ ਸਤਿਗੁਰੂ ਦੀ ਬਾਣੀ ਦੇ
ਗੁਣ ਗਾਇਨ ਕਰਕੇ ਸੰਗਤਾਂ ਨੂੰ ਗੁਰ ਚਰਨਾਂ ਨਾਲ ਜੋੜ ਕੇ ਕਿਰਤਾਰਥ ਕੀਤਾ ਹੈ। ਧੰਨਵਾਦ ਹੈ ਸਾਡੇ ਸਤਿਕਾਰਯੋਗ ਭੈਣ ਪਰਮਜੀਤ ਕੌਰ ਜੀ ਗਲੋਬਲ ਮਿਡਹਾਸ ਕੀਰਤਨ ਚੈਨਲ ਵਾਲਿਆਂ ਦਾ, ਜਿਨ੍ਹਾਂ ਨੇ ਸਮੁੱਚੇ ਪ੍ਰੋਗਰਾਮ ਦੀ ਰਿਕਾਰਡਿੰਗ ਕੀਤੀ ਹੈ ਤਾਂ ਜੋ ਸੰਗਤਾਂ ਜਦੋਂ ਵੀ ਚਾਹਣ ਇਸ ਪ੍ਰੋਗਰਾਮ ਨੂੰ ਫਿਰ ਦੇਖ ਕੇ ਆਨੰਦ ਲੈ ਸਕਦੀਆਂ ਹਨ। ਸੋ ਬੇਨਤੀ ਕਰਦਾ ਹਾਂ ਸਤਿਕਾਰਯੋਗ ਪ੍ਰਧਾਨ ਸਾਹਿਬ ਬੀਬੀ ਪ੍ਰਕਾਸ਼ ਕੌਰ ਜੀ ਦੇ ਚਰਨਾਂ ਵਿੱਚ ਕਿ ਉਹ ਇੱਕ ਸਿਰੋ ਪਾਓ ਅਤੇ ਇੱਕ ਸ਼ੀਲਡ ਜੋ ਹੈ ਭੈਣ ਪਰਮਜੀਤ ਕੌਰ ਜੀ ਨੂੰ ਦੇਣ ਦੀ ਕਿਰਪਾਲਤਾ ਕਰਨਗੇ। ਸੋ ਸੰਗਤਾਂ ਪ੍ਰਤੀ ਬੇਨਤੀ ਕਰਦੇ ਹਾਂ ਕੱਲ੍ਹ ਦੇ ਸਮਾਗਮਾਂ ਵਿੱਚ ਵੀ ਆਪ ਜੀ ਨੇ ਇਸੇ ਤਰ੍ਹਾਂ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀ। ਕੱਲ੍ਹ ਦੇ ਪ੍ਰੋਗਰਾਮ ਵਿੱਚ 7:15 ਤੋਂ 8:15 ਵਜੇ ਤੱਕ ਜੋ ਹੈ ਕੀਰਤਨ ਮਾਤਾ ਗੁਜਰ ਕੌਰ ਸ਼ਬਦ ਚੌਂਕੀ ਜਥਾ ਦੇ ਬੱਚੇ ਕਰਨਗੇ। ਉਪਰੰਤ ਜੋ ਹੈ 8:15 ਵਜੇ ਤੋਂ ਲੈ ਕੇ 9:45 ਵਜੇ ਤੱਕ ਸਾਧ ਸਤਿਕਾਰਯੋਗ ਭਾਈ ਸਾਹਿਬ ਭਾਈ ਫੋਜਾ ਸਿੰਘ ਜੀ ਫਕੀਰ ਤਿਨ੍ਹਾਂ ਦਾ ਢਾਡੀ ਜਥਾ ਗੁਰੀ ਇਤਿਹਾਸ ਨਾਲ ਸੰਗਤਾਂ ਨੂੰ ਜੋੜਨਗੇ। ਪਰਸੋਂ ਰੋਜ਼ ਜੋ ਹੈ ਉਹ ਮਹਾਨ ਕਵੀ ਦਰਬਾਰ ਹੈ 8:15 ਵਜੇ ਤੋਂ ਲੈ ਕੇ 10 ਵਜੇ ਤੱਕ। ਸੋ ਆਪਣੇ ਦੋਨੋਂ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ। ਬੇਨਤੀ ਕਰਦੇ ਹਾਂ ਭੈਣ ਪਰਮਜੀਤ ਕੌਰ ਜੀ ਦੇ ਚਰਨਾਂ ਵਿੱਚ ਦਰਸ਼ਨ ਦੇਣ ਦੀ ਕਿਰਪਾਲਤਾ ਕਰਨ। ਸਤਿਗੁਰੂ ਜੀ ਦੇ ਸੁਖਾਸਨ ਉਪਰੰਤ ਸਭਨਾਂ ਨੇ ਗੁਰੂ ਕੇ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਕੱਲ੍ਹ ਦੇ ਸਮਾਗਮਾਂ ਵਿੱਚ ਫਿਰ ਇਸੇ ਤਰ੍ਹਾਂ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ। ਹੋਈਆਂ ਫੁੱਲਾਂ ਦੀ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਉਪਕਾਰ ਸਾਉਣ ਵਾਲਿਆਂ ਦਾ ਜਿਨ੍ਹਾਂ ਨੇ ਅੱਜ ਦੀ ਸੇਵਾ ਨਿਭਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।